ਜਦੋਂ ਇਹਨਾਂ ਨੂੰ ਛੁਡਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਮੰਗਦੇ ਨੇ ਕਿ ਸਾਨੂੰ ਜਿਹੜੇ ਜਿਨ੍ਹਾਂ 'ਚ ਅਸੀਂ ਪਰਚੇਜ਼ ਕੀਤੀ ਲੜਕੀ ਸਾਨੂੰ ਕੀਮਤ ਦਿੱਤੀ ਜਾਵੇ। ਹੁਣ ਅਸੀਂ ਫਿਰ ਦੁਬਾਰਾ ਜਿਹੜਾ ਇਹਨੂੰ ਅਸੀਂ ਸਟੱਡੀ ਕੀਤਾ। ਅੱਜ ਦੀ ਡੇਟ ਵਿੱਚ ਵੀ ਤਕਰੀਬਨ 89 ਲੜਕੀਆਂ ਜਿਹੜੀਆਂ ਕਿ ਅੰਬੈਸੀ ਦੀ ਇੱਕ ਸਟੱਡੀ 'ਚ ਹੈਗੀਆਂ ਨੇ, ਇਸਲਈ ਮਸਕਟ ਵਿੱਚ ਕੁਛ ਲੜਕੀਆਂ ਬਾਹਰ ਹੈਗੀਆਂ ਨੇ। ਕੁਛ ਨਹੀਂ ਕਰ ਰਹੀ ਮੇਰੀ, ਕਹਿੰਦੇ ਆ ਕਿ ਪਾਸਪੋਰਟ ਆਏਗਾ ਤੇ ਤੁਹਾਨੂੰ ਭੇਜਿਆ ਜਾਏਗਾ, ਮੇਰੇ ਪਾਸਪੋਰਟ ਦੀ ਵੇਟ ਕਰ ਰਹੀ, ਮੇਰਾ ਸਪੌਂਸਰ ਏਜੰਟ ਮੇਰਾ ਪਾਸਪੋਰਟ ਨਹੀਂ ਦੇ ਰਿਹਾ। ਅਰਬ ਦੇਸ਼ ਓਮਾਨ ਦੀ ਰਾਜਧਾਨੀ ਮਸਕਟ 'ਚ ਫਸੀਆਂ 11 ਪੰਜਾਬਣਾਂ ਦੀ ਪੁਕਾਰ ਭਾਵੇਂ ਆਮ ਆਦਮੀ ਪਾਰਟੀ, ਪੰਜਾਬ ਪ੍ਰਧਾਨ ਭਗਵੰਤ ਮਾਨ ਰਾਹੀਂ ਸਰਕਾਰਾਂ ਨੇ ਅਣਸੁਣੀ ਕਰ ਦਿੱਤੀ ਹੋਵੇ, ਪਰ ਦੁਬਈ ਦੇ ਨਾਮਵਰ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਮੋਢੀ ਡਾਕਟਰ ਐਸਪੀ ਸਿੰਘ ਓਬਰਾਏ ਦੇ ਕੰਨੀ ਇਹ ਆਵਾਜ਼ ਪਹੁੰਚ ਚੁੱਕੀ ਹੈ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪਾ ਕੇ ਸੁਨੇਹਾ ਦਿੱਤਾ ਹੈ ਕਿ ਉੱਥੇ ਸਿਰਫ 11 ਧੀਆਂ ਨਹੀਂ ਸਗੋਂ 100 ਤੋਂ ਵੱਧ ਅਜਿਹੀਆਂ ਕੁੜੀਆਂ ਅਤੇ ਜਨਾਨੀਆਂ ਫਸੀਆਂ ਹੋਈਆਂ ਨੇ ਜਿਨ੍ਹਾਂ ਨੂੰ ਉੱਥੋਂ ਦੇ ਜ਼ਿੰਮੇਦਾਰਾਂ ਅੱਗੇ ਵੇਚ ਦਿੱਤਾ ਗਿਆ, ਤੇ ਜਦੋਂ ਉਹਨਾਂ ਨੂੰ ਛੁਡਾਉਣ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਮਾਲਕ ਬਣ ਬੈਠੇ ਲੋਕ ਕੁੜੀਆਂ ਦੀ ਰਿਹਾਈ ਬਦਲੇ ਮੋਟੀਆਂ ਰਕਮਾਂ ਦੀ ਮੰਗ ਕਰਦੇ ਨੇ। ਓਬਰਾਏ ਨੇ ਮੰਗ ਕੀਤੀ ਕਿ ਸਰਕਾਰਾਂ ਉਹਨਾਂ ਕੁੜੀਆਂ ਦੇ ਪਾਸਪੋਰਟ ਵਗੈਰਾ ਤਿਆਰ ਕਰਕੇ ਦੇਵੇ, ਬਾਕੀ ਜਿੰਨਾ ਖਰਚਾ ਆਏਗਾ ਉਹ ਉਹਨਾਂ ਦਾ ਟਰੱਸਟ ਕਰੇਗਾ। ਇੰਡੀਆ ਦੀਆਂ ਕੁਛ ਲੜਕੀਆਂ ਜਿਹੜੀਆਂ ਨੇ ਜਿਹੜੀਆਂ ਕਿ ਗਲਤ ਏਜੰਟਾਂ ਦੇ ਥਰੂ UAE 'ਚ ਆ ਜਾਂਦੀਆਂ ਨੇ, ਇੱਥੇ ਜਿਹੜੇ ਇਲੀਗਲ ਹੋ ਜਾਂਦੀਆਂ ਨੇ ਅਤੇ ਉਹਨਾਂ ਨੂੰ ਫਿਰ ਮਸਕਟ ਲਿਜਾਇਆ ਜਾਂਦਾ। ਮਸਕਟ ਜਾ ਕੇ ਜਿਹੜੇ ਜ਼ਿੰਮੀਦਾਰ ਹੈਗੇ ਨੇ ਉਹਨਾਂ ਕੋਲ ਉਹ ਲੜਕੀਆਂ ਭੇਜ ਦਿੱਤੀਆਂ ਜਾਂਦੀਆਂ ਨੇ। ਇਹ ਗੱਲ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਕੋਲ ਪਿਛਲੇ ਸਾਲ ਵੀ ਆਈ ਸੀ। ਟਰੱਸਟ ਨੇ ਉਸ ਲਈ ਥੋੜ੍ਹੀ ਜਿਹੀ ਗੱਲਬਾਤ ਕਰਕੇ ਉੱਥੇ ਸਾਡੀ ਟੀਮ ਗਈ, ਜਾ ਕੇ ਅਸੀਂ 5-6 ਲੜਕੀਆਂ ਜਿਹੜੀਆਂ ਸੀ ਇੰਡੀਆ ਦੀਆਂ, ਜਿਹਨਾਂ 'ਚੋਂ 4 ਲੜਕੀਆਂ ਪੰਜਾਬ ਦੀਆਂ ਸੀ, ਉਹ ਅਸੀਂ ਪੈਸੇ ਭਰ ਕੇ ਇਹਨਾਂ ਨੂੰ ਵਾਪਸ ਕੀਤੀਆਂ ਸੀਗੀਆਂ। ਉਸ ਟਾਈਮ 'ਤੇ ਇੰਡੀਆ ਗੌਰਮੈਂਟ ਨੂੰ ਜਾਂ ਅੰਬੈਸਡਰ ਸਾਹਿਬ ਜਿਹੜੇ ਆਪਣੇ ਮਸਕਟ ਦੇ, ਉਹਨਾਂ ਨੇ ਇੱਕ ਮੈਂ ਲੈਟਰ ਲਿਖੀ ਸੀ ਕਿ ਇੰਨੀਆਂ ਲੜਕੀਆਂ ਉਸ ਟਾਈਮ ਦੇ ਉੱਤੇ 65 ਲੜਕੀਆਂ ਜਿਹੜੀਆਂ ਸੀ ਇੰਡੀਅਨ ਅੰਬੈਸੀ ਦੀ ਕਸਟੱਡੀ ਵਿੱਚ ਸੀ, ਜਿਹੜੀਆਂ ਲੜਕੀਆਂ ਉੱਥੇ ਭੱਜ ਕੇ ਆ ਕੇ ਉਹਨਾਂ ਨੇ ਉੱਥੇ ਸ਼ਰਨ ਲੈ ਲਈ ਸੀ। ਕੁਛ ਲੜਕੀਆਂ ਬਾਹਰ ਦੀਆਂ ਸੀ, ਟੋਟਲ 104 ਲੜਕੀਆਂ ਉਹਨਾਂ ਦਿਨਾਂ ਵਿੱਚ ਸਾਡੀ ਜੋ ਮੇਰੀ ਰਿਪੋਰਟ ਸੀ ਉਹਦੇ ਮੁਤਾਬਕ ਸੀ। ਕੋਈ ਐਕਸ਼ਨ ਨਹੀਂ ਹੋ ਪਾਇਆ ਉੱਥੇ ਜ਼ਿਆਦਾ। ਹੁਣ ਅਸੀਂ ਫਿਰ ਦੁਬਾਰਾ ਜਿਹੜਾ ਇਹਨੂੰ ਅਸੀਂ ਸਟੱਡੀ ਕੀਤਾ। ਅੱਜ ਦੀ ਡੇਟ ਵਿੱਚ ਵੀ ਤਕਰੀਬਨ 89 ਲੜਕੀਆਂ ਜਿਹੜੀਆਂ ਕਿ ਅੰਬੈਸੀ ਦੀ ਕਸਟੱਡੀ 'ਚ ਹੈਗੀਆਂ ਨੇ, ਇਸਲਈ ਮਸਕਟ ਵਿੱਚ ਕੁਛ ਲੜਕੀਆਂ ਬਾਹਰ ਹੈਗੀਆਂ ਨੇ। ਇਹਨਾਂ ਵਿੱਚੋਂ 6 ਲੜਕੀਆਂ ਪੰਜਾਬ ਦੀਆਂ ਨੇ, ਕੁਛ ਪੰਜਾਬੀ ਲੜਕੀਆਂ ਜਿਹੜੀਆਂ ਨੇ ਉਹ ਬਾਹਰ ਅਜੇ ਵੀ ਜਿਹੜੀਆਂ ਉਹ ਜ਼ਿੰਮੀਦਾਰਾਂ ਕੋਲ ਕੰਮ ਕਰ ਰਹੀਆਂ ਨੇ। ਜਦੋਂ ਇਹਨਾਂ ਨੂੰ ਛੁਡਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਮੰਗਦੇ ਨੇ ਕਿ ਸਾਨੂੰ ਜਿਹੜੇ ਜਿਨ੍ਹਾਂ 'ਚ ਅਸੀਂ ਪਰਚੇਜ਼ ਕੀਤੀ ਲੜਕੀ ਸਾਨੂੰ ਕੀਮਤ ਦਿੱਤੀ ਜਾਵੇ। ਦੂਸਰਾ, ਜਿਸਦੇ ਉਹ ਲੜਕੀਆਂ ਇਲੀਗਲ ਸੀ ਉਹਨਾਂ ਨੂੰ ਲੀਗਲ ਕੀਤਾ ਗਿਆ, ਅਤੇ ਉਹਨਾਂ 'ਤੇ ਜਿਹੜੇ ਖਰਚੇ ਹੋਏ ਨੇ ਉਹਨਾਂ ਦੇ ਵੀਜ਼ੇ ਦੇ ਐਕਸਪੈਂਸ, ਉਹ ਵੀ ਉਹ ਜਿਹੜਾ ਜ਼ਿੰਮੀਦਾਰ ਨੇ ਜਾਂ ਜਿਹੜੇ ਸਪੋਂਸਰਸ ਹੈਗੇ ਨੇ ਉਹ ਉਸ ਚੀਜ਼ ਨੂੰ ਮੰਗਦੇ ਨੇ। ਟਰੱਸਟ ਨੇ ਪਿਛਲੇ ਸਾਲ ਵੀ ਇਹੀ ਗੱਲ ਕਹੀ ਸੀ, ਮੈਂ ਅੱਜ ਵੀ ਇਹੀ ਗੱਲ ਅਨਾਊਂਸ ਕਰਨੀ ਚਾਹੁੰਦਾ ਕਿ ਆਪਣੇ ਇੰਡੀਆ ਦੀਆਂ ਜਿੰਨੀਆਂ ਵੀ ਲੜਕੀਆਂ ਉੱਥੇ ਫਸੀਆਂ, ਤਕਰੀਬਨ 100 ਦੇ ਕਰੀਬ ਅੱਜ ਵੀ ਹੈਗੀਆਂ ਨੇ, ਸੋ ਇਹਨਾਂ ਦਾ ਜਿੰਨਾ ਵੀ ਖਰਚਾ, ਚਾਹੇ ਕੋਈ ਵੀ, ਚਾਹੇ ਉਹ ਕੋਰਟ ਫੀਸ ਹੈਗੀ ਹੈ, ਚਾਹੇ ਉਹ ਇਮੀਗ੍ਰੇਸ਼ਨ ਦੀ ਫੀਸ ਹੈ, ਓਵਰ ਸਟੇ ਹੋ ਚੁੱਕੇ ਹੋਏ ਨੇ, ਜਾਂ ਜਿਸ ਲੜਕੀਆਂ ਵੇਚੀਆਂ ਗਈਆਂ ਅਸੀਂ ਜ਼ਿੰਮੀਦਾਰ ਪੈਸੇ ਮੰਗ ਰਹੇ ਨੇ, ਤਾਂ ਇਸ ਤੋਂ ਇਲਾਵਾ ਜਿਹੜੇ ਉਹਨਾਂ ਦੇ ਵੀਜ਼ੇ ਦੇ ਐਕਸਪੈਂਸ ਹੈਗੇ ਨੇ, ਉਹ ਸਾਰਾ ਖਰਚਾ ਜਿਹੜਾ ਉਹ ਟਰੱਸਟ ਕਰਨ ਨੂੰ ਤਿਆਰ ਹੈ। ਜਿੰਨਾ ਵੀ ਖਰਚਾ ਹੋਏਗਾ ਇਹਦੇ ਲਈ ਮੈਂ ਰਿਕੁਐਸਟ ਕਰਦਾ ਇੰਡੀਆ ਗੌਰਮੈਂਟ ਨੂੰ ਕਿ ਅੰਬੈਸੀ ਨੂੰ ਜਿਹੜੀਆਂ ਹਦਾਇਤਾਂ ਦਿੱਤੀਆਂ ਜਾਣ ਕਿ ਅੰਬੈਸੀ ਜਿਹੜਾ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਹੈ, ਸੋ ਇਹਨੂੰ ਪੂਰਾ ਸਪੋਰਟ ਕਰੇ, ਸਾਡਾ ਸਾਥ ਦੇਵੇ, ਕਿਉਂਕਿ ਅਸੀਂ ਫਾਈਨੈਂਸ਼ੀਅਲ ਤੌਰ ਦੇ ਉੱਤੇ ਅਸੀਂ ਗੌਰਮੈਂਟ 'ਤੇ ਕੋਈ ਲੋਡ ਨਹੀਂ ਪਾਉਣਾ ਚਾਹੁੰਦੇ, ਲੇਕਿਨ ਸਾਨੂੰ ਹੈਲਪ ਚਾਹੀਦੀ ਹੈ। ਕਈਆਂ ਦੇ ਪਾਸਪੋਰਟ ਨਹੀਂ ਹੈਗੇ, ਆਊਟ ਪਾਸ ਬਣਨੇ ਨੇ, ਜੋ ਵੀ ਹੈ, ਸੋ ਇਹ ਅਸੀਂ ਹੈਲਪ ਮੰਗਦੇ ਹਾਂ। ਦੱਸ ਦਈਏ ਕਿ ਬੀਤੇ ਦਿਨੀਂ ਪੰਜਾਬ ਦੀਆਂ ਅਜਿਹੀਆਂ 11 ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕਰਕੇ ਰੋਂਦੇ ਹੋਏ ਭਾਰਤ ਸਰਕਾਰ ਅਤੇ ਭਗਵੰਤ ਮਾਨ ਨੂੰ ਇਹ ਅਪੀਲ ਕੀਤੀ ਸੀ ਕਿ ਮਾਨ ਉਹਨਾਂ ਦੀ ਰਿਹਾਈ ਕਰਵਾਉਣ 'ਚ ਮਦਦ ਕਰਨ, ਜਿਸ ਤੋਂ ਬਾਅਦ ਇਹ ਖਬਰ ਆਈ ਕਿ ਉਹਨਾਂ ਵਿੱਚੋਂ ਇੱਕ ਔਰਤ ਨੂੰ ਵਾਪਸ ਬੁਲਾ ਲਿਆ ਗਿਆ ਸੀ ਅਤੇ ਬਾਕੀ 10 ਦੇ ਪਾਸਪੋਰਟ ਬਣਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਡੇ ਏਜੰਟਾਂ ਨੇ
ਪੰਜਾਬ ਦੇ ਏਜੰਟਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਉਹਨਾਂ ਨੇ ਸਾਨੂੰ ਇੱਥੇ ਮਸਕਟ ਦੇ ਵਿੱਚ ਇਸ ਤਰ੍ਹਾਂ ਸਾਨੂੰ ਬਹੁਤ ਕੰਮ ਚ ਵੀ ਕਿਹਾ ਕਿ ਸਾਨੂੰ ਘਰਾਂ ਦੇ ਕੰਮ ਚ ਭੇਜਿਆ। ਉਹਨਾਂ ਨੇ ਸਾਡੇ ਘਰਾਂ ਵਾਲੇ ਸਪੋਂਸਰਾਂ ਨੇ ਸਾਨੂੰ ਬਹੁਤ ਜ਼ਿਆਦਾ ਟੋਰਚਰ ਤੇ ਕੁੱਟਦੇ ਮਾਰਦੇ ਸੀ। ਖਾਣਾ ਵੀ ਨਸੀਬ ਨਹੀਂ ਸੀ ਹੁੰਦਾ ਸਾਨੂੰ। ਇਸ ਤਰ੍ਹਾਂ ਉਹਨਾਂ ਨੇ ਕੁੱਟ ਕੁੱਟ ਕੇ ਸਾਡੀ ਸਾਰੇ ਤਬੀਅਤ ਵਿਗਾੜੀ ਹੋਈ ਹੈ। ਕਿਤੇ ਵੀ 7 ਮਹੀਨੇ ਹੋ ਗਏ ਇੰਡੀਆ ਅੰਬੈਸੀ ਚ ਹੈਲਪ ਲੈਣ ਆਈ ਸਾਂ, ਇੰਡੀਆ ਅੰਬੈਸੀ ਕੁਛ ਨਹੀਂ ਕਰ ਰਹੀ ਮੇਰੇ ਲਈ। ਕਹਿੰਦੇ ਆ ਕਿ ਪਾਸਪੋਰਟ ਆਏਗਾ ਤੇ ਤੁਹਾਨੂੰ ਭੇਜਿਆ ਜਾਏਗਾ। ਮੇਰੇ ਪਾਸਪੋਰਟ ਦੀ ਵੇਟ ਕਰ ਰਹੀ, ਮੇਰਾ ਸਪੋਂਸਰ ਏਜੰਟ ਮੇਰਾ ਪਾਸਪੋਰਟ ਨਹੀਂ ਦੇ ਰਿਹਾ। ਉਹ ਇੱਧਰ ਦੇ 1200 ਰੁਪਿਆ ਮੰਗਦਾ, 1200 ਰਿਆਲ ਮੰਗਦਾ ਹੈ। ਅਸੀਂ ਇੰਨੇ ਪੈਸੇ ਕਿੱਥੋਂ ਦੇਈਏ? ਸਾਰੀਆਂ ਭੈਣਾਂ ਪੰਜਾਬਣਾ ਇੰਨੀ ਮੁਸ਼ਕਲ ਚ ਫਸੀਆਂ ਹੋਈਆਂ, ਸਾਡੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਅਸੀਂ ਪੰਜਾਬ ਤੋਂ ਵੀ ਆਪਣੀ ਹੈਲਪ ਮੰਗਣੀ ਚਾਹੀ, ਸਾਡੇ ਕਿਸੇ ਮੰਤਰੀ ਨੇ ਕਿਸੇ ਨੇ ਸਾਡੀ ਕੁਛ ਵੀ ਮਦਦ ਨਹੀਂ ਕੀਤੀ। ਸਾਰੀਆਂ ਪੰਜਾਬਣਾਂ ਸਾਡੀਆਂ ਇੱਥੇ ਫਸੀਆਂ ਹੋਈਆਂ, ਸਾਡੀ ਪਲੀਜ਼ ਹੈਲਪ ਕੀਤੀ ਜਾਵੇ। ਅਸੀਂ ਬਹੁਤ ਮੁਸੀਬਤ ਦੇ ਵਿੱਚ, ਸਾਡੀ ਪਤਾ ਨਹੀਂ ਅਸੀਂ ਇੱਥੇ ਜਿੰਦਾ ਜਾਣਾ ਕਿ ਨਹੀਂ ਜਾਣਾ। ਸਾਨੂੰ ਸਾਡੇ ਬੱਚਿਆਂ ਚ ਬਚਾ ਦੋ, ਸਾਡੇ ਅਸੀਂ ਬਹੁਤ ਮੁਸ਼ਕਲ ਦੇ ਵਿੱਚ ਆ। ਸਾਡੇ ਬੱਚੇ ਪਿੱਛੇ ਤਰਸਣ ਗਏ ਆ, ਮੇਰੇ 2 ਬੱਚੇ ਆ, ਮੈਂ ਰੈਂਟ ਤੇ ਰਹਿੰਦੀ, ਮੇਰਾ ਕੋਈ ਵੀ ਨਹੀਂ ਮੇਰੇ ਬੱਚਿਆਂ ਨੂੰ ਪਿੱਛੇ ਦੇਖ ਰਿਹਾ, ਪਲੀਜ਼ ਸਾਡੀ ਹੈਲਪ ਕੀਤੀ ਜਾਵੇ। ਕਿੰਨਾ ਕੌੜਾ ਤੇ ਖਤਰਨਾਕ ਸੱਚ ਹੈ ਕਿ ਸਿਰਫ ਇਹ 11 ਔਰਤਾਂ ਨਹੀਂ ਬਲਕਿ 100 ਤੋਂ ਵੱਧ ਔਰਤਾਂ ਅਜੇ ਵੀ ਅਰਬ ਦੇਸ਼ਾਂ ਦੇ ਸ਼ੇਖਾਂ ਕੋਲ ਵੇਚੀਆਂ ਹੋਈਆਂ ਜ਼ੁਲਮ ਸਹਿ ਰਹੀਆਂ ਨੇ, ਅਤੇ ਪਿਛਲੇ 7 ਮਹੀਨਿਆਂ ਤੋਂ ਭਾਰਤ ਸਰਕਾਰ ਦੇ ਅਧਿਕਾਰੀਆਂ ਦੀ ਨਲਾਇਕੀ ਕਰਕੇ ਪਾਸਪੋਰਟ ਬਣਨ ਦੇ ਇੰਤਜ਼ਾਰ ਚ ਨੇ। ਤੇ ਇਹ ਸਭ ਤਾਂ ਹੋਇਆ ਕਿਉਂਕਿ ਲੋਕ ਭਾਰਤ ਚੋਂ ਚੰਗੇ ਭਵਿੱਖ ਤੇ ਨੌਕਰੀ ਦੀ ਤਲਾਸ਼ ਚ ਵਿਦੇਸ਼ਾਂ ਵੱਲ ਰੁਖ ਕਰ ਰਹੇ ਨੇ, ਕਿਉਂਕਿ ਇੱਥੇ ਰੋਜ਼ਗਾਰ ਦੇ ਮੌਕੇ ਨਾ ਦੇ ਬਰਾਬਰ ਨੇ। ਹੁਣ ਵੇਖਣਾ ਇਹ ਹੋਏਗਾ ਕਿ ਐਸਪੀ ਸਿੰਘ ਓਬਰਾਏ ਦੀ ਅਪੀਲ ਤੋਂ ਬਾਅਦ ਵੀ ਸਰਕਾਰ ਕਾਗਜ਼ ਤਿਆਰ ਕਰਨ ਚ ਹੋਰ ਕਿੰਨਾ ਸਮਾਂ ਲੰਘਾਉਂਦੀ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ, ਪੰਜਾਬੀ।